ਤੁਹਾਡਾ ਵਹੀਕਲ ਜਾਂ ਕੁਝ ਹੁੰਦਾ ਤੇ ਜ਼ਿੰਮੇਵਾਰ ਤੁਸੀਂ ਕਿਉਂ ਖਿੱਚੀ ਜਿਹੜਾ ਬੰਦਾ ਲੈ ਕੇ ਆਇਆ ਉਹ ਕੋਈ ਦੀ ਕੋਈ ਰਿਸਪੋਨਸਿਬਿਲਟੀ ਨਹੀਂ ਆਈ ਕਿਉਂ ਲੈ ਕੇ ਗਿਆ ਤਾਂ ਤੁਹਾਡੀ ਕੋਈ ਰਿਸਪੋਨਸਿਬਿਲਟੀ ਨਹੀਂ ਜਿਹੜਾ ਛਾਪੀਰ ਭਾਈ ਰੱਖੋ ਲੋ ਮੇਰੀ ਗੱਲ ਸੁਣੋ ਘੱਟ ਘੱਟ ਲੱਗੇ ਦੇਖ ਲੋ ਗਰਮ ਸੋਣੀ ਦੇਖ ਲੋ ਗਰਮ ਸੋਣੀ ਤਾਂ ਜਿਹੜੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਮੋਬਾਈਲ ਤੇ ਦੇਖੀਆਂ ਇਹ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਨਸ਼ੇ 'ਚ ਧੁੱਤ ਕੁੜੀ ਨੇ ਅੱਧੀ ਰਾਤ ਵੇਲੇ ਤਮਾਸ਼ਾ ਕਰ ਦਿੱਤਾ। ਐਂਬੂਲੈਂਸ ਆ ਗਈ, ਪੁਲਿਸ ਆ ਗਈ, ਪਰ ਤਮਾਸ਼ਾ ਫੇਰ ਵੀ ਨਹੀਂ ਰੁਕਿਆ। ਪੂਰਾ ਮੁਹੱਲਾ ਇਕੱਠਾ ਹੋ ਗਿਆ ਕਿ ਆਖਿਰਕਾਰ ਕੁੜੀ ਨੇ ਐਸਾ ਕੀਤਾ ਕੀ। ਦਰਅਸਲ ਇੱਕ ਈ ਰਿਕਸ਼ਾ ਵਾਲਾ ਜੋ ਇਸ ਕੁੜੀ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਸਵਾਰੀ ਬਿਠਾ ਕੇ ਇਸ ਨੂੰ ਲੈ ਗਿਆ, ਤਾਂ ਪਹਿਲਾਂ ਇਹ ਕੁੜੀ ਈ ਰਿਕਸ਼ਾ ਵਾਲੇ ਦੇ ਮੁਤਾਬਕ ਉਸ ਨੂੰ ਬੱਸ ਸਟੈਂਡ ਲੈ ਗਈ। ਜਲੰਧਰ ਦੇ ਬੱਸ ਸਟੈਂਡ ਤੋਂ ਵਾਪਸ ਜਦ ਆਪਣੇ ਘਰ ਵੱਲ ਆਉਣ ਲੱਗੇ ਤਾਂ ਈ ਰਿਕਸ਼ਾ ਦੇ ਵਿੱਚ ਬੈਟਰੀ ਘੱਟ ਸੀ, ਤਾਂ ਕੁੜੀ ਨਸ਼ੇ ਦੇ ਹਾਲਤ 'ਚ ਦੇਖ ਜਿਹੜਾ ਈ ਰਿਕਸ਼ੇ ਵਾਲਾ ਹੈ ਉਹ ਕੁੜੀ ਨੂੰ ਸਿੱਧਾ ਥਾਣੇ ਲੈ ਗਿਆ, ਤਾਂ ਉੱਥੋਂ ਦੀ ਪੁਲਿਸ ਵਾਲਿਆਂ ਨੇ ਉਸ ਨੂੰ ਘਰ ਭੇਜ ਦਿੱਤਾ। ਜਦ ਘਰ ਵਾਪਸ ਆਈ ਕੁੜੀ ਤਾਂ ਕੁੜੀ ਦੇ ਪਰਿਵਾਰ ਵਾਲੇ ਪੁੱਠਾ ਈ ਰਿਕਸ਼ਾ ਵਾਲੇ ਦੇ ਦੁਆਲੇ ਹੋ ਗਏ। ਫਿਰ ਕੀ ਸੀ, ਪੂਰੀ ਰਾਤ ਹੰਗਾਮਾ ਚੱਲਿਆ, ਗਲੀ ਦੇ ਵਿੱਚ ਰੌਲਾ ਪੈਂਦਾ ਰਿਹਾ। ਪੁਲਿਸ ਆਈ, ਈ ਰਿਕਸ਼ਾ ਵਾਲੇ ਦੀ ਘਰਵਾਲੀ ਦੇ ਵੱਲੋਂ ਪੁਲਿਸ ਦੇ ਨਾਲ ਬਹਿਸ ਕੀਤੀ ਗਈ। ਤਸਵੀਰਾਂ ਸਾਰੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ, ਤਾਂ ਆਓ ਜਾਣਦੇ ਹਾਂ ਕਿ ਆਖਿਰਕਾਰ ਇਸ ਹੰਗਾਮੇ ਦਾ ਮੁੱਖ ਕਾਰਨ ਕੀ ਸੀ। ਮੈਂ ਇੱਥੇ ਬਾਹਰ ਹੀ ਸੀ ਅਤੇ ਆਏ ਆ, ਨਾਲ ਇੱਕ ਜੈਂਟਸ ਵੀ ਸੀ ਬੈਠਾ ਤਾ, ਅਤੇ ਇਹਨਾਂ ਨੇ ਕਿਹਾ ਕਿ ਇੱਦਾਂ ਤਾਂ ਲੇਡੀਜ਼ ਬੈਠੀ ਹੈ ਅਤੇ ਇਹ ਮੈਨੂੰ ਵਾਪਸੀ ਬੱਸ ਸਟੈਂਡ ਤੋਂ ਫਿਰ ਵਾਪਸੀ ਲੈ ਕੇ ਆਈ ਹੈ ਅਤੇ ਇਹ ਉੱਤਰ ਦੀ ਨਹੀਂ ਪਈ ਅਤੇ ਇਹਨੂੰ ਲੈ ਕੇ ਜਾਣਾ ਥਾਣੇ ਲੈ ਕੇ ਜਾਣਾ ਅਸੀਂ ਗਏ ਹਾਂ। ਅੱਗੋਂ ਉਹਨਾਂ ਨੇ ਕਿਹਾ ਕਿ ਸਿਵਲ ਹੋਸਪਿਟਲ ਆਏ, ਕੋਈ ਸੁਣਵਾਈ ਨਹੀਂ ਕੀਤੀ, ਸਮੇਂ ਦਾ ਹਸਬੈਂਡ ਦੀ ਫੋਟੋ ਖਿੱਚ ਲਈ, ਕਹਿੰਦੇ ਕੁਛ ਵੀ ਇਹਨੂੰ ਹੋ ਗਿਆ ਤਾਂ ਤੇਰੇ 'ਤੇ ਐਲੀਗੇਸ਼ਨ ਕਰਨਾ, ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਫਿਰ ਕਹਿੰਦੇ ਇੱਥੇ ਲੈ ਜਾ ਆਪਣੇ ਪੀ ਪੀ ਆਰ, ਜਿਹੜਾ ਉੱਥੇ ਲੈ ਕੇ ਗਏ ਸੀ ਅਸੀਂ PPR ਲੈ ਕੇ ਗਏ ਸੀ ਆਪਣੇ ਨਾਕੇ 'ਤੇ, ਉੱਥੇ ਲੇਡੀਜ਼ ਕੋਲ ਸੀ, ਉਹਨਾਂ ਨੇ ਵੀ ਕਿਹਾ ਅਸੀਂ ਇਹਦਾ ਕੀ ਕਰੀਏ, ਅਸੀਂ ਇਹਨੂੰ ਲੈ ਆਏ, ਅਸੀਂ ਇਹਦਾ ਕੀ ਕਰੀਏ, ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਫਿਰ ਅਸੀਂ ਘਰ ਲੈ ਕੇ ਆਏ, ਫਿਰ ਮੀਡੀਆ ਵਗੈਰਾ ਨਾਲ ਫਿਰ ਗੱਲਬਾਤ ਕੀਤੀ, ਫਿਰ ਹੁਣ ਉਹ ਐਂਬੂਲੈਂਸ ਆਈ, ਉਹ ਲੈ ਕੇ ਗਏ ਆ। ਲੜਕੀ 'ਤੇ ਕੋਈ ਸੱਟ ਵਗੈਰਾ ਵੀ ਲੱਗੀ ਸੀਗੀ? ਨਹੀਂ, ਸੱਟ ਵਗੈਰਾ ਕੋਈ ਨਹੀਂ ਲੱਗੀ, ਪਤਾ ਨਹੀਂ ਡਰਿੰਕ ਕੀਤੀ, ਨਸ਼ਾ ਕੀਤਾ, ਇਹਦਾ ਕੋਈ ਨਹੀਂ ਸਾਨੂੰ ਪਤਾ। ਜੀ, ਜਦੋਂ ਤੁਸੀਂ ਦੇਖਿਆ ਲੜਕੀ ਕਿਹੋ ਜਿਹੇ ਹਾਲਾਤ ਦੇ ਵਿੱਚ ਸੀ? ਬਿਲਕੁਲ ਬੇਹੋਸ਼ ਸੀ, ਕੋਈ ਹੋਸ਼ ਨਹੀਂ ਸੀ ਉਹਨੂੰ, ਅਤੇ ਜਦੋਂ ਅਸੀਂ ਵਾਪਸੀ ਨੂੰ ਉੱਥੇ ਲੈ ਕੇ ਜਾ ਰਹੇ ਸੀ 7 ਨੰਬਰ 'ਚ, ਉਦੋਂ ਮੈਂ ਥੋੜ੍ਹਾ ਜਿਹਾ ਹਿੱਲੀ, ਮੈਂ ਪੁੱਛਿਆ, ਮੈਂ ਕਿਹਾ ਕਿ ਤੁਸੀਂ ਕਿੱਥੋਂ ਆਏ, ਕਿੱਥੇ ਜਾਣਾ ਤੁਸੀਂ? ਅੱਗੋਂ ਮੇਰੇ ਨਾਲ ਹਾਥਾ ਪਾਈ ਕਰਨ ਲੱਗ ਪਏ। ਕੌਣ? ਉਹੀ ਲੇਡੀਜ਼। ਓਕੇ, ਹਾਂਜੀ। ਹੁਣ ਪੁਲਿਸ ਆਪਣੇ ਨਾਲ ਲੱਗੀ ਹੈ? ਹਾਂਜੀ। ਇਹ ਮੈਂ ਕੁੜੀ ਮੇਰੀ ਸ਼ਾਮੀ ਆ ਦਿਆਣਾ ਚੌਂਕ ਤੋਂ ਬੈਠੀ ਸੀਗੀ, ਕਹਿੰਦੀ ਮੈਂ ਬੱਸ ਸਟੈਂਡ ਜਾਣਾ, ਚੰਗੀ ਭਲੀ ਸੀਗੀ ਅਤੇ ਮੈਨੂੰ ਮੈਂ ਬੱਸ ਸਟੈਂਡ ਲੈ ਕੇ, ਨਾਲ ਦੋ ਹੋਰ ਵੀ ਸਵਾਰੀ ਬੈਠੀਆਂ ਸੀਗੀਆਂ, ਉਹ ਉੱਤਰ ਗਈਆਂ। ਇਹਨੂੰ ਮੈਂ ਕਿਹਾ ਭੈਣ ਜੀ ਬੱਸ ਸਟੈਂਡ ਆ ਗਿਆ ਅਤੇ ਆਜੋ, ਅਤੇ ਫਿਰ ਕਹਿੰਦੀ ਮੈਂ ਗੜੇ ਜਾਣਾ ਵਾਪਸ। ਠੀਕ ਹੈ, ਮੈਂ ਗੜੇ ਵਾਪਸ ਲਿਆਉਣ ਲੱਗਾ, ਡਿਫੈਂਸ ਕਲੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬਹਿ ਗਿਆ, ਪਿੱਛੋਂ ਮੈਨੂੰ ਕਹਿੰਦਾ ਦਿਆਨੰਦ ਚੌਂਕ 'ਤੇ ਜਾਣਾ ਮੈਂ, ਅਤੇ ਮੈਂ ਕਿਹਾ ਭਾਅ ਜੀ ਬਹਿ ਜਾਓ ਨਾਲ। ਤਾਜ ਹੋਟਲ ਦੇ ਕੋਲ ਆਏ ਅਤੇ ਕੁੜੀ ਫਰਸ਼ ਦੇ ਉੱਤੇ ਡਿੱਗੀ, ਉਹ ਮੁੰਡੇ ਨੇ ਫੜਿਆ, ਕਹਿੰਦਾ ਮੈਂ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਹਰ ਗਿਰ ਗਈ। ਨਹੀਂ, ਬਾਹਰ ਨਹੀਂ ਗਿਰੀ, ਫਰਸ਼ 'ਤੇ ਡਿੱਗੀ, ਆਟੋ ਦੀ ਫਰਸ਼ 'ਤੇ। ਆਟੋ ਦੇ ਫਰਸ਼ 'ਤੇ ਡਿੱਗੀ, ਅਤੇ ਮੁੰਡਾ ਕਹਿੰਦਾ ਭਾਅ ਜੀ ਰੁਕੇ ਰੁਕੇ ਉਹ ਡਿੱਗੀ ਡਿੱਗੀ ਕੁੜੀ। ਮੈਂ ਤਾਂ ਵਧਾ ਆਟੋ ਰੁਕਿਆ ਅਤੇ ਹੋਰ ਵੀ ਉੱਥੇ ਲੋਕ ਇਕੱਠੇ, ਮੁੰਡੇ ਇਕੱਠੇ ਹੋ ਗਏ, ਬੰਦੇ ਕਾਫੀ ਆਉਣ ਜਾਣ ਵਾਲੇ, ਅਤੇ ਮੈਨੂੰ ਕਹਿੰਦੇ 7 ਨੰਬਰ ਥਾਣੇ ਲੈ ਗਏ। ਮੈਂ ਫਿਰ ਸਿੱਧਾ ਘਰ ਲੈ ਕੇ ਆਇਆ, ਆਪਣੀ ਵਾਈਫ ਨੂੰ ਨਾਲ ਲਿਆ ਅਤੇ 7 ਨੰਬਰ ਥਾਣੇ ਗਏ ਜੀ। ਕਿੰਨੇ ਕੁ ਵਜੇ ਦੀ ਹੈ ਜਿਹੜੀ ਘਟਨਾ ਹੈਗੀ? ਉਹ 8:15 ਵਜੇ ਲੈ ਗਈ। ਓਕੇ, ਉਹ ਉਸੇ ਟਾਈਮ ਹੀ ਲੈ ਗਈ ਸੀ ਥਾਣੇ।
ਜਦੋਂ ਗੱਡੀ ਗਈ, ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਤੁਸੀਂ ਗੱਲ ਕਰਦੇ ਪਏ ਹੋ, ਕਿ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ? ਬਿਲਕੁਲ ਸਹੀ ਸੀਗੀ, ਚੰਗੀ ਪਲੀ ਸੀ। ਓਕੇ, ਅਤੇ ਬਾਅਦ ਚੋਂ ਯਕਦਮ ਫਰਸ਼ ਦੇ ਉੱਤੇ ਡਿੱਗ ਪਈ। ਵਾਪਸ ਕਹਿੰਦੀ ਮੈਂ ਗੜੇ ਜਾਣਾ, ਤਾਜ ਹੋਟਲ ਦੇ ਕੋਲ ਆ ਕੇ ਯਕਦਮ ਫਰਸ਼ ਦੇ ਉੱਤੇ ਡਿੱਗ ਪਈ। ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ, ਫਿਰ ਕੀ ਹੋਇਆ? ਹਾਂਜੀ, ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ, ਅਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਸੀਗੀ, ਇਹ ਕਹਿੰਦੇ ਕਿ ਸਿਵਲ ਹੋਸਪਿਟਲ ਲੈ ਜਾ। ਠੀਕ ਹੈ, ਅਤੇ ਮੈਂ ਫਿਰ ਆਪਣੇ ਘਰ ਬੈਟਰੀ ਕਾਫੀ ਟਾਈਮ ਲੱਗਦਾ, 10-12 ਘੰਟੇ ਲੱਗਦੇ ਚਾਰਜ ਕਰਨ ਨੂੰ, ਯਕਦਮ ਚਾਰਜ ਨਹੀਂ ਹੁੰਦੀ ਹੈ ਬੈਟਰੀ ਈ ਰਿਕਸ਼ਾ ਦੀ। ਅਤੇ ਮੈਂ ਫਿਰ ਆਪਣੇ 112 'ਤੇ ਕੋਲ ਕੀਤੀ, ਫਿਰ ਪੁਲਿਸ ਫਿਰ ਘੰਟੇ ਅੱਧੇ ਪੌਣੇ ਘੰਟੇ ਬਾਅਦ ਆਈ, ਅਤੇ ਲੇਡੀਜ਼ ਕੰਸਟੇਬਲ ਕੋਈ ਨਾਲ ਕੋਈ ਨਹੀਂ ਸੀ, ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ। ਹਾਂਜੀ, ਪਤਾ ਲੱਗਿਆ ਸੀਗਾ ਲੇਡੀਜ਼ ਕੌਣ ਹੈ ਕੌਣ ਨਹੀਂ, ਕਿਉਂਕਿ ਉਹ ਹੱਥੋਂ ਪਾਈ ਵੀ ਕਰਦੀ ਪਈ ਸੀਗੀ। ਹਾਂਜੀ, ਇੱਥੇ ਲੋਕਾਂ ਨਾਲ ਸਾਡੇ ਆਪਣੇ ਮੇਰੀ ਭਰਜਾਈਆਂ ਮੇਰੀਆਂ, ਮੇਰੇ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਜੀ, ਅਤੇ ਉਹਨੇ ਰੋਟੀ ਵੀ ਨਹੀਂ ਚੱਕ ਕੇ ਮਾਰੀ ਉਹਨੂੰ ਬਾਹਰ, ਅੱਗੋਂ ਹੱਥੀ ਪੈਂਦੀ ਸੀ ਜੀ। ਹੁਣ ਪੁਲਿਸ ਆਈ ਸੀਗੀ? ਹਾਂਜੀ, ਪੁਲਿਸ ਆਈ ਅਤੇ ਉਹ ਆਪਣੇ ਐਂਬੂਲੈਂਸ 'ਚ ਲੜਕੀ ਨੂੰ ਲੈ ਗਈ। ਹਾਂਜੀ, ਲੈ ਗਈ ਲੜਕੀ। ਓਕੇ, ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕੀਤੀ ਕਿ ਮੈਂ ਹੁਣ ਮੇਰਾ ASI ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ, ਐਡਰੈਸ ਲੈ ਕੇ ਲੈ ਗਏ ਆ ਜੀ, ਅਤੇ ਉਹ ਪਹਿਲੇ ਵੀ ਲੇਡੀਜ਼ ਦੀਦੀ ਨਾਲ ਕਾਫੀ ਮਤਲਬ ਕਿ ਇੱਦਾਂ ਉੱਚੀ ਉੱਚੀ ਬੋਲਦੇ ਸੀਗੇ ਜੀ, ਅਤੇ ਉਹ ਸਵਾਲ ਪੁੱਛਦੇ ਅਤੇ ਅੱਗੋਂ ਗਲਤ ਜਵਾਬ ਦਿੰਦੇ ਸੀਗੇ। ਜਾਨੇ ਡਰਿੰਕ ਕੀਤੀ ਹੋਈ ਆ ਸ਼ਰਮਾ ਜੀ, ਪਤਾ ਲੱਗਾ ਸੀ ਇਸ ਵਾਰ ਵਿੱਚ ਹਸਪਤਾਲ ਤੋਂ 108 ਤੋਂ ਮੰਗਾਈ ਹੈ ਕਿ ਐਂਬੂਲੈਂਸ ਆ ਰਹੀ ਆ ਜੀ, ਉਹਨੂੰ ਲੈ ਕੇ ਹਸਪਤਾਲ ਜਾ ਰਹੇ ਹਾਂ। ਪੁਲਿਸ ਵਾਲੇ ਨੇ ਕੀਤਾ 108 ਦੇ ਫੋਨ ਐਂਬੂਲੈਂਸ? ਹਾਂਜੀ, ਬਿਲਕੁਲ ਕੀਤਾ ਜੀ। ਆਪੀ ਕੀਤਾ ਤਾਂ ਆਪਾਂ ਹੀ ਆ ਭਾਜੀ। ਚਲੋ ਤੁਸੀਂ ਪ੍ਰੈਸਰ ਦੀ ਸਾਡੇ ਭਰਾ ਹੀ ਸਰ, ਕੋਈ ਮੈਡੀਕਲ ਰਿਪੋਰਟ ਹੈਗਾ ਉਹਨੇ ਕੁੜੀ ਨੇ ਡਰਿੰਕ ਕੀਤਾ? ਕੋਈ ਡਾਕਟਰ ਦੱਸੂਗਾ ਨਾ? ਕੋਈ ਮੈਡੀਕਲ ਡਾਕਟਰ ਦਾ ਕੋਈ ਚੈੱਕਅਪ ਹੈ? ਇਹ ਹੈ ਵੀ ਡਰਿੰਕ ਕੀਤੀ ਹੋਈ ਲੜਕੀ ਨੇ, ਤੁਹਾਨੂੰ ਇਹ ਪ੍ਰੈਸਰ ਦੇ ਭਰਾ ਨੇ ਕਿਸੇ ਨੇ ਫੋਨ ਕੀਤਾ?